ਨਹੀਂ ਨਹੀਂ ਉਹ ਤਾਂ ਗਲਤੀ ਅਸਾਂ ਦੀ ਪੱਗ ਦਾ ਜਿਹੜਾ ਸਵਾਲ ਆ ਸਾਡੀ ਪਗੜੀ ਜਿਹੜੀ ਆ ਇਹਨੂੰ ਇਦਾਂ ਇਹ ਪੋਟਾ ਤੇ ਤਾੜਿਆ ਨਹੀਂ ਜਾ ਸਕਦਾ ਜਿਉਂਨਾਂ ਨੇ ਤਾਂ ਹੋਇਆ ਭਾਈ ਬਲਦੇਵ ਸਿੰਘ ਬਡਾਲਾ ਸਾਡੇ ਸਿੱਖ ਓਮ ਦੇ ਬਹੁਤ ਵਧੀਆ ਕੀਰਤਨੀਏ ਆ ਬੜਾ ਅੱਛਾ ਕੀਰਤਨ ਕਰਦੇ ਆ ਬਹੁਤ ਬੜੀ ਅੱਛੀ ਵਿਆਖਿਆ ਵੀ ਕਰਦੇ ਆ ਕੀਰਤਨ ਜਿਉਂਨਾਂ ਨੂੰ ਕਿ ਐਰਪੋਰਟ ਤੇ ਇਦਾਂ ਕੀਤਾ ਗਿਆ ਤੇ ਮੈਂ ਉਹਦੀ ਨਿੰਦਾ ਕਰਦਾ ਉਦੋਂ ਮੈਂ ਅਮਰੀਕਾ ਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਆ ਤੁਹਾਨੂੰ ਪਤਾ ਉੱਥੇ ਸਾਡੇ ਮਿਲੀਅਨ ਸਿੱਖ ਰਹਿੰਦੇ ਆ ਮਤਲਬ ਬਹੁਤ ਵੱਡੀ ਗਿਣਤੀ ਦੇ ਸਿੱਖ ਨੇ ਸਾਡੇ ਉਦੋਂ ਪਤਾ ਹੈ ਕਿ ਅਸੀਂ ਕੌਣ ਆ ਕਿਹੜੀ ਕਮਿਊਨਿਟੀ ਆ ਕਿਹੜਾ ਧਰਮ ਹੈ ਸਾਡਾ ਮਤਲਬ ਪਤਾ ਕਿ ਪੱਗ ਸਾਡੇ ਦੀ ਕਿੰਨੀ ਅਹਿਮੀਅਤ ਰੱਖਦੀ ਹੈ ਸੋ ਮੇਰੀ ਅਮਰੀਕਾ ਸਰਕਾਰ ਨੂੰ ਇਹ ਮਤਲਬ ਬੇਨਤੀ ਹੈ ਕਿ ਜਿਹੜੇ ਬੰਦਿਆਂ ਨੇ ਭਾਈ ਬਲਦੇਵ ਸਿੰਘ ਬਡਾਲਾ ਜੀ ਦੇ ਇਹਦਾ ਕੀਤਾ ਕਿਸੇ ਅਫਸਰ ਨੇ ਉਨ੍ਹਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਉਹ ਸਾਰੇ 에ਰਪੋਰਟਾਂ ਦੇ ਹਦਾਇਤ ਕਰਨੀ ਚਾਹੀਦੀ ਆ ਕਿ ਸਾਡੀ ਪੱਗ ਲਾਉਣ ਵਾਲਾ ਜਿਹੜਾ ਜੇ ਕੋਈ ਫਰਮਾਨ ਦਿੰਦਾ ਹੈ ਉਹਨੂੰ ਡੱਕਣਾ ਚਾਹੀਦਾ ਉਹ ਇਦਾਂ ਨਹੀਂ ਉਹ ਨਹੀਂ ਨਹੀਂ ਉਹ ਤਾਂ ਗਲਤ ਐ ਸਾਡੀ ਪੱਗ ਦਾ ਜਿਹੜਾ ਸਵਾਲ ਆ ਸਾਡੀ ਪਗੜੀ ਜਿਹੜੀ ਆ ਇਹਨੂੰ ਇਦਾਂ 에ਰਪੋਰਟਾਂ ਤੇ ਤਾਰਿਆਂ ਨਹੀਂ ਜਾ ਸਕਦਾ ਜਿਉਂਨ ਉਹਨਾਂ ਦਾ ਹੋਇਆ ਭਾਈ ਬਲਦੇਵ ਸਿੰਘ ਬਡਾਲਾ ਸਾਡੇ ਸਿੱਖ ਕੁੰਮ ਦੇ ਬਹੁਤ ਵਧੀਆ ਕੀਰਤਨੀਏ ਆ ਬੜਾ ਅੱਛਾ ਕੀਰਤਨ ਕਰਦੇ ਆ ਬਹੁਤ ਬੜੀ ਅੱਛੀ ਵਿਆਖਿਆ ਵੀ ਕਰਦੇ ਆ ਕੀਤਨ ਜੇ ਉਹਨਾਂ ਨੂੰ ਕਿ ਐਰਪੋਰਟ ਤੇ ਦਾ ਕੀਤਾ ਗਿਆ ਤੇ ਮੈਂ ਉਹਦੀ ਨਿੰਦਾ ਕਰਦਾ ਉਹ ਮੈਂ ਅਮਰੀਕਾ ਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਤੁਹਾਨੂੰ ਪਤਾ ਉੱਥੇ ਸਾਡੇ ਮਿਲੀਅਨ ਸਿੱਖ ਰਹਿੰਦੇ ਆ ਮਤਲਬ ਬਹੁਤ ਵੱਡੀ ਗਿਣਤੀ ਦੇ ਸਿੱਖ ਨੇ ਸਾਡੇ ਉਹਨੂੰ ਪਤਾ ਇੱਕ ਐਸੀ ਕੌਣ ਆ ਕਿਹੜੀ ਕਮਿਊਨਿਟੀ ਆ ਕਿਹੜਾ ਧਰਮ ਹੈ ਸਾਡਾ ਉਹਨੂੰ ਪਤਾ ਕਿ ਪੱਗ ਸਾਡੇ ਦੀ ਕਿੰਨੀ ਅਹਿਮੀਅਤ ਰੱਖਦੀ ਹੈ ਸੋ ਮੇਰੀ ਅਮਰੀਕਾ ਸਰਕਾਰ ਨੂੰ ਇਹ ਮਤਲਬ ਬੇਨਤੀ ਹੈ ਕਿ ਜਿਹੜੇ ਬੰਦਿਆਂ ਨੇ ਭਾਈ ਬਲਦੇਵ ਸਿੰਘ ਬਡਾਲਾ ਜੀ ਦੇ ਇਹਦਾ ਕੀਤਾ ਕਿਸੇ ਅਫਸਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਉਹ ਸਾਡੇ 에ਰਪੋਰਟਾਂ ਦੇ ਹਦਾਇਤ ਕਰਨੀ ਚਾਹੀਦੀ ਹੈ ਕਿ ਸਾਡੀ ਪੱਗ ਲਾਉਣ ਵਾਲਾ ਜਿਹੜਾ ਜੇ ਕੋਈ ਫਰਮਾਨ ਦਿੰਦਾ ਹੈ ਉਹਨੂੰ ਡੱਕਣਾ ਚਾਹੀਦਾ ਉਹ ਇਦਾਂ ਨਹੀਂ ਉਹ ਨਹੀਂ ਨਹੀਂ ਉਹ ਤਾਂ ਗਲਤ ਹੈ ਸਾਡੀ ਪੱਗ ਦਾ ਜਿਹੜਾ ਸਵਾਲ ਹੈ ਸਾਡੀ ਪਗੜੀ ਜਿਹੜੀ ਆ ਇਹਨੂੰ ਇਦਾਂ 에ਰਪੋਰਟਾਂ ਤੇ ਤਾੜਿਆ ਨਹੀਂ ਜਾ ਸਕਦਾ ਜਿਉਂ ਨਾ ਨਾ ਦਾ ਹੋਇਆ ਭਾਈ ਬਲਦੇਵ ਸਿੰਘ ਬਡਾਲਾ ਸਾਡੇ ਸਿੱਖੋਂ ਦੇ ਬਹੁਤ ਵਧੀਆ ਕੀਰਤਨੀਏ ਆ ਬੜਾ ਅੱਛਾ ਕੀਰਤਨ ਕਰਦੇ ਆ ਬਹੁਤ ਬੜੀ ਅੱਛੀ ਵਿਆਖਿਆ ਵੀ ਕਰਦੇ ਆ ਕੀਰਤਨ ਜਿਉਂ ਉਹਨਾਂ ਨੂੰ ਕਿ ਐਰਪੋਰਟ ਤੇ ਦਾ ਕੀਤਾ ਗਿਆ ਤੇ ਮੈਂ ਉਹਦੀ ਨਿੰਦਾ ਕਰਦਾ ਉਹ ਮੈਂ ਅਮਰੀਕਾ ਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਤੁਹਾਨੂੰ ਪਤਾ ਉੱਥੇ ਸਾਡੇ ਮਿਲੀਅਨ ਸਿੱਖ ਰਹਿੰਦੇ ਆ ਮਤਲਬ ਬਹੁਤ ਵੱਡੀ ਗਿਣਤੀ ਦੇ ਸਿੱਖ ਰਹੇ ਸਾਡੇ ਉਹਨੂੰ ਪਤਾ ਹੈ ਕਿ ਅਸੀਂ ਕੌਣ ਹਾਂ ਕਿਹੜੀ ਕਮਿਊਨਿਟੀ ਹੈ ਕਿਹੜਾ ਧਰਮ ਹੈ ਸਾਡਾ ਉਹਨੂੰ ਪਤਾ ਕਿ ਪੱਗ ਸਾਡੇ ਲਈ ਕਿੰਨੀ ਅਹਿਮੀਅਤ ਰੱਖਦੀ ਹੈ ਸੋ ਮੇਰੀ ਅਮਰੀਕਾ ਸਰਕਾਰ ਨੂੰ ਇਹ ਮਤਲਬ ਬੇਨਤੀ ਹੈ ਕਿ ਜਿਹੜੇ ਬੰਦਿਆਂ ਨੇ ਭਾਈ ਬਲਦੇਵ ਸਿੰਘ ਵਡਾਲਾ ਜੀ ਦੇ ਇਹਦਾ ਕੀਤਾ ਕਿਸੇ ਹਸਪਤਲ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਉਹ ਸਾਰੇ 에ਰਪੋਰਟਾਂ ਦੇ ਹਦਾਇਤ ਕਰਨੀ ਚਾਹੀਦੀ ਹੈ ਕਿ ਸਾਡੀ ਪੱਗ ਲਾਉਣ ਵਾਲਾ ਜਿਹੜਾ ਜੇ ਕੋਈ ਫਰਮਾਨ ਦਿੰਦਾ ਹੈ ਉਹਨੂੰ ਡੱਕਣਾ ਚਾਹੀਦਾ ਉਹਦੇ ਇਦਾਂ ਨਹੀਂ ਉਹਨਾਂ